ਖਾਲੀ ਕਰ ਗਏ ਸਾਰਾ? ਹਾਂਜੀ ਹਾਂਜੀ ਭਾਈ, ਪੂਰਾ ਖਾਲੀ ਕਰਕੇ ਸਾਰਾ ਕੁਛ, ਕੁਛ ਵੀ ਨਹੀਂ ਛੱਡਿਆ। ਭਾਅ ਜੀ ਮੇਰਾ ਨਾਮ ਹੈਗਾ ਨਿਤਿਨ ਘੜੋਤਰਾ, ਮੇਰੀ ਬ੍ਰਹਮਪੁਰ ਰੋਡ 'ਤੇ ਮੋਬਾਈਲ ਰਿਪੇਅਰਿੰਗ ਐਂਡ ਅਸੈਸਰੀ ਨਿਊ ਫੋਨ ਦੀ ਸ਼ੋਪ ਹੈਗੀ ਆ। ਅਤੇ ਮੈਨੂੰ ਕੱਲ੍ਹ ਫੋਨ ਲੱਗੇ, ਕਸਟਮਰ ਦਾ ਫੋਨ ਆਇਆ ਹੈਗਾ 7:30 ਭਾਅ ਜੀ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ। ਅਤੇ ਮੈਂ ਜਦੋਂ ਆਇਆ ਕੇ ਵੇਖਿਆ ਤਾਂ ਮੇਰੇ ਇੱਕ ਗੱਲੇ ਵਿੱਚ ਹੈਗੇ 15,000 ਰੁਪਇਆ ਹੈਗਾ ਸੀ, ਉਹ ਵੀ ਫੋਨ ਲੈ ਕੇ ਕੱਢ ਕੇ, ਅਤੇ 5 ਫੋਨ ਹੀ ਕਸਟਮਰ ਦੇ ਰਿਪੇਅਰ ਕੀਤੇ, ਉਹਦੀ ਨਵੀਂ ਦੀ ਕੀਮਤ ਹੈਗੀ 15,000-20,000 ਰੁਪਇਆ। ਅਤੇ ਹੁਣ ਘੱਟੋ ਘੱਟ ਉਹਨਾਂ ਨੂੰ ਫੋਨ ਤਾਂ ਦੇਣੇ ਹੀ ਪੈਣੇ ਆ, ਘੱਟੋ ਘੱਟ 1,00,000 ਦੇ ਲਾਗੇ ਸਾਗੇ ਮੇਰਾ ਨੁਕਸਾਨ ਹੋ ਗਿਆ ਭਾਅ ਜੀ। ਅਤੇ ਉਹਨਾਂ ਨੇ ਤਾਲੇ ਟੁੱਟੇ, ਤਾਲੇ ਦੀ ਘੁੰਡੀ ਲੱਗ ਗਏ ਹੈਗਾ ਘਰ, ਉਹਨਾਂ ਦੇ ਗੇਟ ਵਿੱਚ ਫਸਾਈ ਦੀ ਘੁੰਡੀ ਉਹਨਾਂ ਨੇ, ਘੁੰਡੀ ਕਿਉਂ ਫਸਾ ਕੇ ਬਾਹਰ? ਘੁੰਡੀ ਉਹ ਕਿ ਤਾਂ ਕਿ ਉਹ ਤਾਂ ਫਸਾ ਕੇ ਕਿ ਉਦੋਂ ਘਰੋਂ ਉਹਨਾਂ ਦਾ ਬਾਹਰ ਨਾ ਕੋਈ ਆ ਜਾਏ। ਸੀਸੀਟੀਵੀ ਵਿੱਚ 2 ਜਣੇ ਆਏ ਹੈਗੇ, ਇਹਨਾਂ ਨੇ ਮੂੰਹ ਬੰਨੇ ਦੇ ਆ, ਲੋਈ ਦੀ ਬੁਕਲਾਂ ਮਾਰੀ ਦੇ 2 ਜਣੇ ਹੈਗੇ ਆ, 2:53 ਤੇ ਆਏ ਆ ਤੇ 10-15 ਮਿੰਟ ਵਿੱਚ ਕੰਮ ਕੱਢ ਕੇ ਚਲੇ ਗਏ। ਉਹ ਪੈਸੇ ਘਰ ਲੈ ਜਾਈਦੇ, ਉਹ ਕਿਸੇ ਦੇ ਪੈਸੇ ਦਿੱਤੇ ਸੀ, ਕਹਿੰਦੇ ਤੁਸੀਂ ਰੱਖ ਲਓ, ਤੁਹਾਡੇ ਕੋਲ ਸਵੇਰੇ ਫੜ ਲਾਂਗੇ। ਮੈਂ ਦੁਕਾਨ 'ਤੇ ਰਾਤ ਤੇ ਸਵੇਰੇ ਲੈ ਲਾਂਗਾ, ਜਦੋਂ ਮੈਂ ਆ ਕੇ ਵੇਖਿਆ ਉਹ ਲੈ ਗਏ ਚੁੱਕ ਕੇ। ਕੰਪਲੇਂਟ ਕਰਾਈ? ਹਾਂਜੀ ਹਾਂਜੀ, ਪੁਲਿਸ ਥਾਣੇ ਕੰਪਲੇਂਟ ਕਰਾਈ। ਜਿਹਨਾਂ ਦੀ ਨਾਈਟ ਡਿਊਟੀ ਹੈਗੀ ਉਹ ਆਏ, ਇਹਨਾਂ ਨੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਦੇ ਆ, ਉਹ ਕਹਿੰਦੇ ਤੁਹਾਡੀ ਕਾਰਵਾਈ ਚੱਲ ਰਹੀ ਹੈ।